ਅੱਜ ਦੇਸ਼ ਭਰ ਦੇ ਵਿੱਚ 73ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ। ਅਸੀਂ ਇਸ ਟਾਈਮ ਜਲੰਧਰ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖੇਡ ਸਟੇਡੀਅਮ ਦੇ ਵਿੱਚ ਮੌਜੂਦ ਹਾਂ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਪਰੇਡ ਤੋਂ ਸਲਾਮੀ ਲੈਣ ਦੇ ਲਈ ਗੱਡੀ ਦੇ ਵਿੱਚ ਜਿਹੜਾ ਹੈਗਾ ਸਵਾਰ ਹੋ ਚੁੱਕੇ ਨੇ। ਉਹਨਾਂ ਦੇ ਨਾਲ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਮੌਜੂਦ ਨੇ। ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਰੇਡ ਦੀ ਸਲਾਮੀ ਲੈਣ ਦੇ ਲਈ ਗੱਡੀ ਦੇ ਵਿੱਚ ਜਿਹੜੇ ਆ ਉਹ ਸਵਾਰ ਹੋ ਕੇ ਆ ਰਹੇ ਨੇ, ਔਰ ਵੱਡੇ ਪੱਧਰ ਦੇ ਉੱਤੇ ਇੱਥੇ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ਜਿਹਦੇ ਵਿੱਚ ਸਕੂਲੀ ਵਿਦਿਆਰਥੀ ਵੀ ਆਪਣਾ ਜਿਹੜਾ ਹੈਗਾ ਉਹ ਆਪਣੇ ਮਨੋਰੰਜਨ ਦੇ ਵਿੱਚ ਜਿਹੜਾ ਹੈਗਾ ਆਜ਼ਾਦੀ ਦੇ ਦੇਸ਼ ਭਗਤੀ ਦੇ ਗੀਤਾਂ ਦੇ ਉੱਤੇ ਆਪਣੇ ਪ੍ਰੋਗਰਾਮ ਦਿਖਾਉਣਗੇ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੱਥ ਹਿਲਾ ਕੇ ਸਟੇਡੀਅਮ ਦੇ ਵਿੱਚ ਮੌਜੂਦ ਤਮਾਮ ਲੋਕਾਂ ਦਾ ਜਿਹੜਾ ਉਹ ਸਵਾਗਤ, ਉਹਨਾਂ ਨੂੰ ਹੱਥ ਹਿਲਾ ਕੇ ਉਹਨਾਂ ਦਾ ਧੰਨਵਾਦ, ਉਹਨਾਂ ਨੂੰ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸਨ। ਤੁਸੀਂ ਇੱਕ ਪਾਸੇ ਜਿੱਥੇ ਪਰੇਡ ਦਾ ਆਨੰਦ ਮਾਣ ਰਹੇ ਹੋ ਤਾਂ ਦੂਜੇ ਪਾਸੇ ਹੀ ਜਲੰਧਰ ਪ੍ਰਸ਼ਾਸਨ ਦੇ ਵੱਲੋਂ ਕੁਝ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਨਾਂ ਨੂੰ ਇੱਕ ਟਰੈਕਟਰ ਟਰਾਲੀ ਦੇ ਉੱਤੇ ਜਿਹੜਾ ਹੈਗਾ ਵੱਖ ਵੱਖ ਉਹਨਾਂ ਦੇ ਉੱਤੇ ਸਜਾ ਕੇ ਤਿਆਰ ਕੀਤਾ ਗਿਆ, ਜਿਵੇਂ ਹਰਿਆ ਭਰਿਆ ਪੰਜਾਬ ਨੂੰ ਕਰਨ ਦੇ ਲਈ, ਹਰਿਆਲੀ ਦੇ ਪ੍ਰਤੀ ਜਿਹੜੇ ਵੱਧ ਤੋਂ ਵੱਧ ਜਿਹੜੇ ਹੈਗੇ ਬੂਟੇ ਲਾਉਣ ਦੇ ਲਈ ਲੋਕਾਂ ਨੂੰ ਪ੍ਰੇਰਨਾ ਦੇਣ ਦੇ ਲਈ ਇੱਕ ਜਿਹੜਾ ਹੈਗਾ ਵੱਡੇ ਪੱਧਰ ਦੇ ਉੱਤੇ ਵਧੀਆ ਤਰੀਕੇ ਦੇ ਨਾਲ ਇੱਕ ਟਰੈਕਟਰ ਟਰਾਲੀ ਤਿਆਰ ਕੀਤਾ ਗਿਆ। ਇਸੇ ਤਰ੍ਹਾਂ ਪੰਜਾਬ ਸਰਕਾਰ ਦੀਆਂ ਸਰਬੱਤ ਸਿਹਤ ਯੋਜਨਾ ਜਿਹੜੀਆਂ ਬੀਮਾ ਯੋਜਨਾ ਨੇ ਉਹਨਾਂ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹਨਾਂ ਬੋਰਡਾਂ ਦੇ ਵਿੱਚ ਤਮਾਮ ਪੰਜਾਬ ਸਰਕਾਰ ਦੇ ਵੱਲੋਂ ਚਲਾਈਆਂ ਜਾਣ ਵਾਲੀਆਂ ਸਿਹਤ ਬੀਮਾ ਜਿਹੜੀਆਂ ਸਕੀਮਾਂ ਨੇ ਉਹ ਦੱਸੀਆਂ ਗਈਆਂ ਨੇ। ਇਸੇ ਤਰ੍ਹਾਂ ਹੀ ਹੋਰ ਵੀ ਜਿਹੜੇ ਪੰਜਾਬ ਸਰਕਾਰ ਦੇ ਵੱਖ ਵੱਖ ਮਹਿਕਮੇ ਨੇ, ਜਿਵੇਂ ਗੱਲ ਕੀਤੀ ਜਾਵੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਜ਼ਿਲ੍ਹਾ ਜਲੰਧਰ ਦੇ ਵੱਲੋਂ ਵੀ ਇਹ ਜਿਹੜੀ ਪ੍ਰਦਰਸ਼ਨੀ ਦੇ ਵਿੱਚ ਜਿਹੜੇ ਵਧੀਆ ਕੰਮ ਵਿਕਾਸ ਨੂੰ ਲੈ ਕੇ ਕੀਤੇ ਗਏ ਨੇ ਉਹ ਦਰਸਾਏ ਗਏ ਨੇ ਇਹਨਾਂ ਤਸਵੀਰਾਂ ਦੇ ਵਿੱਚ। ਇਸੇ ਤਰ੍ਹਾਂ ਸਿੱਖਿਆ ਵਿਭਾਗ ਦਾ ਜਿਹੜੀਆਂ ਪੰਜਾਬ ਸਰਕਾਰ ਦੀਆਂ ਉਪਲਬਧੀਆਂ ਨੇ ਉਹਨਾਂ ਨੂੰ ਵੀ ਇਹਨਾਂ ਟਰੈਕਟਰ ਟਰਾਲੀਆਂ ਦੇ ਉੱਤੇ ਦਰਸਾਇਆ ਗਿਆ, ਔਰ ਜਿਹੜੀ ਹੈਗੀ ਆ ਦੇਸ਼ ਵਾਸੀਆਂ ਨੂੰ ਗਣਤੰਤਰ ਦਿਹਾੜੇ ਦੀਆਂ ਆਜ਼ਾਦੀ ਦਿਹਾੜੇ ਦੀਆਂ ਜਿਹੜੀਆਂ ਮੁਬਾਰਕਾਂ ਦੇਣ ਦੇ ਲਈ ਵੀ ਇੱਕ ਟਰੈਕਟਰ ਪੂਰੀ ਵਧੀਆ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ। ਇਸੇ ਤਰ੍ਹਾਂ ਰੋਜ਼ਗਾਰ ਘਰ ਘਰ ਰੋਜ਼ਗਾਰ ਜਿਹੜਾ ਹੈਗਾ ਉਹ ਵੀ ਦੇਣ ਵਾਸਤੇ ਉਹ ਵੀ ਤਿਆਰ ਕੀਤਾ ਗਿਆ। ਸਾਡੇ ਨਾਲ ਕੁਝ ਇੱਥੇ ਲੋਕ ਵੀ ਮੌਜੂਦ ਨੇ, ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਅਸੀਂ। ਇਹ ਤਿਆਰ ਕੀਤੀਆਂ ਗਈਆਂ ਨੇ ਭਾਅ ਜੀ, ਇਹ ਕੀ ਹੈਗਾ ਭਾਈ ਜਿਹੜਾ ਤੁਸੀਂ ਤਿਆਰ ਕੀਤਾ, ਇਹਦੇ ਵਿੱਚ ਕੀ ਜਾਣਕਾਰੀ ਦਿੱਤੀ ਗਈ? ਸਰ, ਘਰ ਘਰ ਨੌਕਰੀ ਘਰ ਘਰ ਰੋਜ਼ਗਾਰ ਕੈਪਟਨ ਸਾਹਿਬ ਵੱਲੋਂ ਵੀ ਸਾਡੇ ਪੰਜਾਬ ਦੇ ਜਿੰਨੇ ਬੱਚੇ ਵਿਹਲੇ ਆ ਬੇਰੋਜ਼ਗਾਰ ਉਹਨਾਂ ਨੂੰ ਨੌਕਰੀ ਦੇਣੀ ਹੈ, ਠੀਕ ਹੈ ਜੀ, ਤਾਂ ਕਿ ਉਹਦੇ ਨਸ਼ਿਆਂ 'ਚ ਧਿਆਨ ਵੀ ਨਾ ਜਾਵੇ ਬੱਚਿਆਂ ਦਾ। ਸਕਿੱਲ ਡਿਵੈਲਪਮੈਂਟ ਹੈ ਸਰ। ਅੱਛਾ, ਇਹ ਸਕਿੱਲ ਡਿਵੈਲਪਮੈਂਟ ਹੈਗਾ ਜਿਵੇਂ ਕਿ ਆਪਾਂ ਦੇਖ ਵੀ ਰਹੇ ਹਾਂ ਤਸਵੀਰਾਂ ਦੇ ਵਿੱਚ, ਮਸ਼ੀਨਸ ਜਿਹੜੀਆਂ ਹੈਗਾ, ਸਿਲਾਈ ਮਸ਼ੀਨਾਂ ਇਹਦੇ ਉੱਤੇ ਫਿੱਟ ਕੀਤੀਆਂ ਗਈਆਂ ਨੇ। ਇਹ ਅੱਜ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਸੀ ਇਹ ਵੀ ਪ੍ਰਦਰਸ਼ਨੀ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ, ਕੀ ਕਾਰਨ ਕੀ ਮੰਨਦੇ ਹੋ ਵੀ ਆਮ ਲੋਕਾਂ ਤੱਕ ਕੀ ਮੈਸੇਜ ਜਾਵੇ, ਲੋਕਾਂ ਹੋਰ ਜਾਗਰੂਕ ਹੋ? ਸਰ, ਇਹ ਲੋਕਾਂ ਤੱਕ ਇਹ ਮੈਸੇਜ ਕਿ ਵੱਧ ਤੋਂ ਵੱਧ ਜਨਤਾ ਅਵੇਅਰਨੈਸ ਹੋ ਜਾਵੇ, ਇਹ ਬੱਚੇ ਹਰ ਇੱਕ ਬੱਚੇ ਨੂੰ ਸਕਿੱਲ ਚਾਹੀਦਾ, ਹੁਨਰਮੰਦ ਹੋਣਾ ਚਾਹੀਦਾ, ਠੀਕ ਹੈ ਸਰ। ਸੋ ਤੁਸੀਂ ਬਿਲਕੁਲ ਸੁਣਿਆ ਕਿ ਇਹ ਜਿਹੜੀ ਜਿਹੜੀਆਂ ਘਰ ਘਰ ਰੋਜ਼ਗਾਰ ਪ੍ਰੋਗਰਾਮ ਦੇ ਤਹਿਤ ਵੀ ਜਿਹੜੀ ਇੱਕ ਪ੍ਰਦਰਸ਼ਨੀ ਜਿਹੜੀ ਆ ਉਹ ਲਗਾਈ ਗਈ ਹੈ। ਦੱਸਿਆ ਗਿਆ ਕਿ ਕਿਵੇਂ ਪੰਜਾਬ ਦੀਆਂ ਧੀਆਂ ਨੂੰ ਸਿਲਾਈ ਮਸ਼ੀਨਾਂ ਜਾਂ ਹੋਰ ਜਿਹੜੇ ਘਰ ਬੈਠੇ ਕਾਰੋਬਾਰ ਕਰਕੇ ਉਹ ਆਪਣਾ ਰੋਜ਼ਗਾਰ ਚਲਾ ਸਕਦੀਆਂ ਨੇ, ਆਪਣੀ ਪੜ੍ਹਾਈ ਦਾ ਮੁੱਲ ਜਿਹੜਾ ਉਹ ਪਾ ਸਕਦੀਆਂ ਨੇ। ਸੋ ਇਹ ਤਮਾਮ ਤਸਵੀਰਾਂ ਇਸੇ ਤਰ੍ਹਾਂ ਮੈਂ ਦਿਖਾਊਂਗਾ ਕਿ ਜਿਹੜੇ ਆ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੀ ਜਨਤਾ ਨੂੰ ਪੰਜਾਬ ਸਰਕਾਰ ਦੇ ਵੱਲੋਂ, ਕਾਂਗਰਸ ਸਰਕਾਰ ਦੇ ਵੱਲੋਂ। ਉਹਨਾਂ ਦੀ ਵੀ ਜਿਹੜਾ ਇੱਕ ਹੈ ਇੱਕ ਮੋਬਾਈਲ ਹਸਪੀਟਲ ਜਿਹਨੂੰ ਕਹਿ ਲਈਏ ਉਹ ਟਰਾਲੀ ਦੇ ਵਿੱਚ ਹੀ ਜਿਹੜਾ ਤਿਆਰ ਕੀਤਾ ਗਿਆ, ਔਰ ਇਹੀ ਹੁਣ ਜਿਹੜਾ ਅੱਗੇ ਲੋਕਾਂ ਨੂੰ ਵੀ ਦਿਖਾਇਆ ਜਾਊਗਾ। ਕੈਮਰਾ ਪਰਸਨ ਪਵਨ ਕਨੌਜੀਆ ਦੇ ਨਾਲ ਸੁਖਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਜਲੰਧਰ। Hello everyone, my name is Deva Sethi. I am from Fagwada और मैं 25 साल की हूँ। One of my friend from Jalandhar, उन्होंने मुझे body fat के बारे में बताया। सिर्फ 3 महीने यहाँ पे spend करने के बाद मैंने total weight loss यहाँ पे 16 kg किया है और मेरा inch loss भी 70+ किया है। I would like to say, please come here for a healthy weight loss and you will see the results. Thank you so much.